ਸਜਿਓ ਕੀਰਤਨ ਕੌਂਸਲ ਦਰਬਾਰ ਦੀ ਇੱਥੇ ਸੰਪੂਰਨਤਾ ਹੈ। ਹੁਣ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ, ਪਰ ਇੱਕ ਮਿੰਟ ਦੀ ਮੈਂ ਖਿਮਾ ਚਾਹਾਂਗਾ। ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮਾਣਯੋਗ ਬੀਬੀ ਅਵਨੀਤ ਕੌਰ ਜੀ ਮੇਅਰ ਸਾਹਿਬਾ ਪਹੁੰਚੀ ਹੈ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਵੀਰ ਪਿਆਰੇ ਐਕਸ ਮੇਅਰ ਉਹ ਵੀ ਪਹੁੰਚੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੈਰ ਬਾਜ਼ਾਰ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕਰਨਗੇ। ਮੈਂ ਬੇਨਤੀ ਕਰਾਂਗਾ ਸਰਦਾਰ ਹਰਚਰਨ ਸਿੰਘ ਜੀ ਦੰਮੂ ਪ੍ਰਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਮਾਡਲ ਟਾਊਨ ਦੇ ਸਰਦਾਰ ਹਰਚਰਨ ਸਿੰਘ ਜੀ ਦੰਮੂ ਆ ਕੇ ਸਨਮਾਨਿਤ ਕਰਨਗੇ। ਮੈਂ ਬੇਨਤੀ ਕਰਾਂਗਾ ਬੀਬੀ ਅਵਨੀਤ ਕੌਰ ਜੀ ਉਹ ਆ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ, ਸੰਗਤਾਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਹਨ। ਸਤਿਗੁਰ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਕਾਮਯਾਬੀਆਂ ਬਖਸ਼ਿਸ਼ ਕਰਨ, ਸੇਵਾ ਦਾ ਪ੍ਰੇਮ ਬਖਸ਼ਿਸ਼ ਕਰਨ। ਬੋਲੇ ਸੋਨੇਹਾ। ਬਹੁਤ ਬਹੁਤ ਧੰਨਵਾਦ ਮੇਰੇ ਵੀਰ ਪਿਆਰੇ ਸਰਦਾਰ ਭੁਪਿੰਦਰ ਸਿੰਘ ਜੀ, ਉਹ ਵੀ ਆ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲੈਣ ਜੀ। ਕਿਸੇ ਰੁਝੇਵੇਂ ਕਰਕੇ ਇਹਨਾਂ ਨੇ ਜਲਦੀ ਜਾਣਾ ਹੈ, ਤੋ ਇਸ ਕਰਕੇ ਸੰਗਤਾਂ ਪਾਸੋਂ ਖੇਮਾ ਮੰਗੀ ਹੈ ਮੇਰੇ ਵੀਰ ਪਿਆਰੇ ਸਰਦਾਰ ਭੁਪਿੰਦਰ ਸਿੰਘ ਜੀ। ਬੋਲੇ ਸੋਨੇਹਾ। ਸਿਮਰਨਜੀਤ ਸਿੰਘ ਜੀ ਅਤੇ ਸਾਰੇ ਵੀਰ ਪਿਆਰੇ ਆਪ ਜੀ ਨੂੰ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਾਉਣਗੇ। ਆਪ ਸਾਰੀਆਂ ਸੰਗਤਾਂ ਨੇ ਗੱਜ ਵੱਜ ਕੇ ਨਾਲ ਪੜ੍ਹਨ ਦੀ ਕਿਰਪਾਲਤਾ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਤੇਰੇ ਸਭ ਕੀ ਹੈ।
ਚੰਦਰਪਾਲ ਸਿੰਘ ਸੋਸ਼ਲ ਮੀਡੀਆ ਮਾਨਿਕਪਾ ਹਰਿਆਣਾ ਵਿਕਾਸ ਨਗਰ ਧਾਰਮਿਕ ਹੈ ਸਾਰੀ ਧਾਰਮਿਕ ਸਾਰੀ ਧਾਰਮਿਕ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਫਤ ਹੈ ਗੁਰੂ ਨਾਨਕ ਨਹੀਂ ਦੇ ਆਏ ਨਿਰੰਤਰ ਗੁਰਦੇਵ ਅਰਦਾਸ ਰਾਮਦਾਸ ਵੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਬਦ ਵਜਾਏ ਤੇਗ ਬਹਾਦਰ ਸਿਮਰੇ ਹੈ ਪਰ ਨਵਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ
ਹਰ ਸ਼ਬਦ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਬ ਜਾ ਰਿਹਾ, ਚੰਬਾ ਸਾਹਿਬ ਜਾ ਰਿਹਾ, 40 ਮੁਕਤਿਆਂ